ਬੱਚਿਓ ਕੀ ਤੁਸੀਂ ਕਦੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਪ੍ਰਾਚੀਨ ਕਾਲ ਤੋਂ ਪਹਿਲਾਂ ਪੈਨਣ ਲਈ ਕਿਸ ਸਮੱਗਰੀ ਦਾ ਉਪਯੋਗ ਕਰਦੇ ਸਨ ਕੱਪੜਿਆਂ ਦੇ ਵਿਸ਼ੇ ਵਿੱਚ ਮਿਲੇ ਪਰਮਾਨਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼ੁਰੂ ਵਿੱਚ ਲੋਕ ਰੁੱਖਾਂ ਦੀ ਛਿੱਲੜ ਵੱਡੇ ਵੱਡੇ ਪੱਤਿਆਂ ਜਾਂ ਜਾਨਵਰਾਂ ਦੀ ਚਮੜੀ ਜਾਂ ਜੱਤ ਨਾਲ ਆਪਣਾ ਸਰੀਰ ਟਕਦੇ ਸਨ ਖੇਤੀ ਸਮਾਜ ਵਿੱਚ ਵਸਣ ਤੋਂ ਬਾਅਦ ਲੋਕਾਂ ਨੇ ਪਤਲੀਆਂ-ਪਤਲੀਆਂ ਟਾਣੀਆਂ ਅਤੇ ਕਾ ਨੂੰ ਬੁਣ ਕੇ ਚਟਾਈਆਂ ਅਤੇ ਟੋਕਰੀਆਂ ਬਣਾਉਣਾ ਸਿੱਖਿਆ ਫਿਰ ਵੇਲਾਂ ਅਤੇ ਜੀਵਾਂ ਦੇ ਵਾਲਾਂ ਜਾਂ ਉੱਨ ਨੂੰ ਆਪਸ ਵਿੱਚ ਵਟ ਕੇ ਲੰਬੀਆਂ ਲੜੀਆਂ ਬਣਾਈਆਂ ਅਤੇ ਇਸ ਨੂੰ ਬੁਣ ਕੇ ਕੱਪੜਾ ਤਿਆਰ ਕੀਤਾ। ਸ਼ੁਰੂ-ਸ਼ੁਰੂ ਵਿੱਚ ਭਾਰਤ ਵਾਸੀ ਰੂੰ ਤੋਂ ਬਣੇ ਕੱਪੜੇ ਹੀ ਪਾਉਂਦੇ ਸਨ। ਸਣਵੀ ਇੱਕ ਪੌਦਾ ਹੈ ਜਿਸ ਤੋਂ ਕੁਦਰਤੀ ਰੇਸ਼ਾ ਪ੍ਰਾਪਤ ਹੁੰਦਾ ਹੈ। ਉਹਨਾਂ ਦਿਨਾਂ ਵਿੱਚ ਲੋਕਾਂ ਨੂੰ ਕੱਪੜੇ ਸਿਉਂ ਕੇ ਪਾਉਣ ਦਾ ਪਤਾ ਨਹੀਂ ਸੀ। ਲੋਕ ਆਮ ਤੌਰ ਤੇ ਕਪੜੇ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਉਸੇ ਤਰ੍ਹਾਂ ਹੀ ਲਪੇਟ ਲੈਂਦੇ ਸੀ। ਕਪੜੇ ਲਪੇਟਣ ਲਈ ਵੀ ਕਈ ਢੰਗ ਵਰਤੇ ਜਾਂਦੇ ਸੀ। ਕਪੜੇ ਸਿਉਣ ਵਾਲੀ ਸੂਈ ਦੀ ਕਾੜ ਹੋਣ ਨਾਲ ਲੋਕਾਂ ਨੇ ਕੱਪੜਿਆਂ ਨੂੰ ਸਿਉ ਕੇ ਪਹਿਨਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਸੀਤੇ ਕੱਪੜਿਆਂ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਆ ਗਈਆਂ ਹਨ।